ਕਿਵੇਂ ਸਲਫਰ ਉੱਡ ਰਿਹਾ। ਆਪਾਂ ਪਹੁੰਚ ਗਏ ਜੀ ਸਲਫਰ ਪੁਆਇੰਟ 'ਤੇ। ਠੰਡ ਕਰੀਬ ਹੈਗੀ 12 ਡਿਗਰੀ, ਧੁੱਪ ਬਹੁਤ ਤੇਜ਼ ਆ, ਤੁਸੀਂ ਦੇਖ ਹੀ ਸਕਦੇ ਹੋ, ਪਰ ਮੌਸਮ ਠੰਡਾ। ਅਤੇ ਯਾਰ ਨਿਊਜ਼ੀਲੈਂਡ ਦੀ ਹਰਿਆਲੀ ਬਹੁਤ ਸੋਹਣੀ ਆ ਨਾ, ਜੋ ਮਰਜ਼ੀ ਕਹਿ ਲਓ, ਬਹੁਤ ਸੋਹਣਾ ਨਿਊਜ਼ੀਲੈਂਡ। ਅਤੇ ਆਪਾਂ ਚੱਲਦੇ ਹਾਂ ਹੁਣ ਸਲਫਰ ਪੁਆਇੰਟ 'ਤੇ। ਇਹ ਐਕਚੁਅਲੀ ਨਾ ਇੱਕ ਕੈਮੀਕਲ ਹੁੰਦਾ ਸਲਫਰ, ਅਤੇ ਉਹ ਇੱਥੇ ਐਂ ਨਿਕਲਦਾ ਜਿਵੇਂ ਆਪਣਾ ਪਰਾਲੀ ਨੂੰ ਅੱਗ ਲਾਈ ਹੁੰਦੀ ਆ, ਇੱਦਾਂ ਧੂੰਆਂ ਨਿਕਲਦਾ ਹੁੰਦਾ। ਅਤੇ ਚਲੋ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਹੁਣ ਹਾਂ ਹੁਣ ਸਮੈਲ ਆ ਰਹੀ ਆ, ਪਹਿਲਾਂ ਨਹੀਂ ਇੰਨੀ ਆ ਰਹੀ ਸੀ, ਹੁਣ ਸਟਰੋਂਗ ਆ। ਸੌ ਡਿਗਰੀ ਤਾਪਮਾਨ ਹੈ, ਆਹ ਦੇਖਿਓ ਲਿਖਿਆ ਇੱਥੇ। ਇਹ ਸਲਫਰ ਹੈ ਇਹ ਕਿ ਪਾਣੀ ਹੈ? ਇਹ ਪਾਣੀ ਹੈ, ਹੀਟਡ। ਅੱਛਾ, ਥਰਮਲ ਏਰੀਆ ਹੈ ਉਹ, ਕਿਤੇ ਮਨੀਕਰਨ ਸਾਹਿਬ ਇਦਾਂ ਹੀ ਹੈ ਗੈਸ ਦੇ ਨਾਲ। ਪਰ ਉੱਥੇ ਸਮੈਲ ਤਾਂ ਨਹੀਂ ਆਉਂਦੀ ਹੈਗੀ? ਇਹ ਸਲਫਰ ਨਾਲ ਪਾਣੀ ਗਰਮ ਹੋ ਰਿਹਾ ਹੈ। ਠੀਕ ਹੈ ਠੀਕ ਹੈ। ਸੌ ਡਿਗਰੀ ਟੈਂਪਰੇਚਰ ਬਹੁਤ ਜ਼ਿਆਦਾ, ਤਾਂ ਹੀ ਭਾਫ਼ ਬਣ ਰਿਹਾ ਪਾਣੀ ਵੀ, ਤਾਂ ਹੀ। ਇਹ ਕੁਝ ਕੁਝ ਏਰੀਆ ਚ ਹੀ ਹੈ ਨਾ ਵਿੱਚ ਵਿੱਚ ਕਿਤੇ ਕਿਤੇ। ਹਾਂ, ਇਹਦਾ ਕੋਈ ਸਾਈਡ ਇਫੈਕਟ ਹੈਗਾ ਕੋਈ? ਤੁਸੀਂ ਜਦੋਂ ਇੱਥੇ ਰਹਿੰਦੇ ਹੋ ਨਾ, ਤੁਹਾਨੂੰ ਇੱਥੇ ਫੀਲ ਹੁੰਦੀ, ਗਾਹ ਦੂਰ ਵੀ ਫੀਲ ਹੁੰਦੀ, ਲਾਗੇ ਨਹੀਂ। ਹਾਂ, ਹੁਣ ਤੇਰੇ ਨੱਕ ਨੂੰ ਇੱਕ ਵਾਰੀ ਸਮੈਲ ਦਾ ਪਤਾ ਲੱਗ ਗਿਆ ਨਾ। ਹਾਂ, ਹੁਣ ਅੱਗੇ ਤੋਂ ਪਤਾ ਚੱਲ ਜਾਇਆ ਕਰਨਾ। ਹੁਣ ਅਗਲੀ ਵਾਰੀ ਤੂੰ ਆਏਗਾ ਨਾ ਤਾਂ ਤੈਨੂੰ ਦੂਰੋਂ ਹੀ ਪਤਾ ਲੱਗ ਜਾਣਾ ਬਈ ਰੋਟਰ ਆ ਗਿਆ। ਕੁੱਤਾ ਬੜਾ ਵਧੀਆ ਪਿਆਰਾ ਨਾ, ਆਪਣੇ ਜੰਗਲ ਵਾਲੇ ਜਿਹੜੇ ਆਦੀ ਮਾਨਵ ਜੀ ਨਹੀਂ ਹੁੰਦੇ ਉਹਨਾਂ ਕਹਿੰਦਾ। ਹਾਂ ਯਾਰ, ਪਾਰਕ ਦੇਖੋ ਤੁਸੀਂ ਕਿੰਨੇ ਸੋਹਣੇ ਪਾਰਕ ਆ ਨਾ, ਜਿੱਥੇ ਜਿੱਥੇ ਵੀ ਤੁਹਾਨੂੰ ਧੂੰਆਂ ਦਿਖ ਰਿਹਾ ਹੈ, ਇਹਦਾ ਮਤਲਬ ਉੱਥੋਂ ਤੁਸੀਂ ਸਲਫਰ ਦੇਖ ਰਹੇ ਹੋ ਵੀ ਸਲਫਰ ਨਿਕਲ ਰਿਹਾ। ਇੰਡੀਆ ਵਾਲੇ ਡੋਗ ਕੀ ਸਿਆਣੇ ਹੁੰਦੇ ਆ, ਸਹੀ ਗੱਲ ਆ। ਹਾਂ ਨਾ, ਆਰੇ ਪੂਜਣ ਲੱਗੇ ਹੋਣੇ ਸੀ ਜੇ ਇੱਥੇ ਇਹੀ ਇੰਡੀਆ ਹੁੰਦਾ। ਆ ਸਲਫਰ ਹੈ, ਆ ਚਿੱਟੇ ਰੰਗ ਦਾ, ਬਸ ਕੈਮਿਸਟਰੀ ਦੀਆਂ ਲੈਬਾਂ 'ਚ ਹੀ ਵੇਖਿਆ ਸੀ ਪਹਿਲਾਂ। ਹਾਂ,
ਥੋੜੇ ਜਿਹੇ ਵਿੱਚ ਨਿਕਲ ਰਿਹਾ ਨਾ, ਹਾਂ ਪਾਣੀ ਨੂੰ ਉਬਾਲ ਰਿਹਾ। ਪਾਣੀ ਤਾਂ ਨੀ ਹੋਣਾ ਵੈਸੇ ਉਹ, ਕਿਉਂਕਿ ਪਾਣੀ ਤਾਂ ਹੁਣ ਤੱਕ ਖਤਮ ਹੋ ਜਾਣਾ ਸੀ, ਸਲਫਰ ਹੀ ਆ ਨਾ। ਇਹ ਸਾਰਾ ਸਲਫਰ ਪੁਆਇੰਟ ਆ, ਮਤਲਬ ਤੁਸੀਂ ਇਹ ਲਾ ਲਓ ਵੀ ਧਰਤੀ ਦੇ ਵਿੱਚ ਕੀ ਕੁਛ ਸਮਾਇਆ ਹੋਇਆ, ਜਿਹੜਾ ਕੈਮੀਕਲ ਆਪਣੇ ਆਪ ਨਿਕਲ ਰਿਹਾ ਹੈਗਾ। ਹੁਣ ਮਨੀਕਰਨ ਸਾਹਿਬ ਵੀ ਮਤਲਬ ਇੱਦਾਂ ਹੀ ਆ, ਬਟ ਉੱਥੇ ਇਹ ਆ ਵੀ ਸਲਫਰ ਨਹੀਂ ਨਿਕਲਦਾ, ਸਲਫਰ ਕਰਕੇ ਨਹੀਂ ਹੁੰਦਾ ਉੱਥੇ, ਕੋਈ ਆਟੋਮੈਟਿਕ ਹੀ ਕੁਛ ਮਤਲਬ ਜਿਵੇਂ ਧਰਤੀ ਦੀਆਂ ਪਲੇਟਸ ਵਗੈਰਾ ਹੁੰਦੀਆਂ ਉਹਦੇ ਕਰਕੇ ਹੀ ਕੋਈ ਨਾ ਕੋਈ ਰਿਐਕਸ਼ਨ ਹੋਣੀ ਆ। ਕਿਹੜੇ ਆਹ ਵਾਲੇ? ਹਾਂ, ਡੂ ਨੋਟ ਕਲਾਈਂਬ ਔਰ ਓਵਰ ਵਾਲ ਐਂਟਰ ਔਰ ਬਾਥਰੂਮ ਕੋ ਮਲੇ। ਉਹ ਆ ਉਹ ਸਹੀ ਪੁਆਇੰਟ ਆ, ਉਧਰ ਵੀ ਜਾਣਾ। ਕਿੱਥੇ ਆ? ਉਹ ਸੀ ਸਾਹਮਣੇ, ਉਹ ਸਾਹਮਣੇ ਉਧਰਲੇ ਪਾਸੇ ਉੱਥੇ ਜਾਣਾ ਪੈਣਾ, ਉਹ ਮਿਡਲ ਵਿੱਚ ਦੀ ਉਹ ਆ। ਚਲੋ ਉਧਰ ਇੱਧਰਲੇ ਪਾਸੇ ਪਾਰਕ ਆ ਗਿਆ, ਇੱਧਰਲੇ ਪਾਸੇ ਤੇ ਆ ਵੇਖੋ ਆ ਪਾਣੀ ਆ ਸਾਰਾ, ਤੁਸੀਂ ਇੱਥੋਂ ਪਾਣੀ ਜਾਂਦਾ ਵੇਖ ਸਕਦੇ ਹੋ ਅਤੇ ਇੱਥੋਂ ਹੀ ਸਲਫਰ ਨਿਕਲ ਨਿਕਲ ਕੇ ਉੱਡ ਰਿਹਾ, ਚਿੱਟਾ ਚਿੱਟਾ ਹੀ ਸਲਫਰ ਹੈ ਸਾਰਾ। ਇੱਧਰ ਪਾਰਕ ਵੀ ਬੜਾ ਵੱਡਾ ਨਾ, ਇੱਥੇ ਥੋੜ੍ਹਾ ਜ਼ਿਆਦਾ ਆ ਗਿਆ। ਹੁਣ ਤਾਂ ਨੱਕ ਨੂੰ ਫੀਲ ਹੀ ਨਹੀਂ ਹੋ ਰਿਹਾ। ਆਹ ਵੇਖੋ ਇੱਥੇ ਤਾਂ ਲੱਗਦਾ ਜਿਵੇਂ ਪਰਾਲੀ ਨੂੰ ਅੱਗ ਲਾਈ ਹੁੰਦੀ ਹੈ। ਆਰ ਪਾਰ ਕਿਤੇ ਦਿਖਦਾ ਕੁਛ? ਕੁਛ ਨਹੀਂ ਦਿਖਦਾ ਆਰ ਪਾਰ, ਪਰਲੇ ਸਾਈਡ ਜੇ ਆਪਾਂ ਦੇਖਣਾ ਹੋਵੇ ਤਾਂ ਥੋੜ੍ਹਾ ਥੋੜ੍ਹਾ ਹੀ ਵਿਜ਼ੀਬਲ ਹੈ। ਇਹ ਸਾਰੀ ਵਾਕਿੰਗ ਟ੍ਰੇਲ ਬਣਾਈ ਹੋਈ ਆ ਜਸਟ ਇਹਨੂੰ ਦੇਖਣ ਲਈ ਅਤੇ ਆਪਣਾ ਨੇਚਰ ਨੂੰ ਇੰਜੋਏ ਕਰਨ ਲਈ। ਪਰ ਨੇਚਰ ਵੀ ਇੱਥੇ ਕੀ ਇੰਜੋਏ ਕਰੂ, ਕਿਉਂਕਿ ਕੈਮੀਕਲ ਹੀ ਆਪਾਂ ਸੁੰਘਦੇ ਹਾਂ ਇੱਥੇ ਜੇ ਦੇਖਿਆ ਜਾਵੇ। ਆਹ ਸਪੈਸੀਫਿਕ ਪੁਆਇੰਟ ਬਣਾਇਆ ਹੋਇਆ ਇੱਥੇ, ਅਤੇ ਆਹ ਵੇਖੋ ਕਿਵੇਂ ਸਲਫਰ ਉੱਡ ਰਿਹਾ। ਇਹ ਜਦੋਂ ਹਾਈਵੇ ਤੋਂ ਅਸੀਂ ਆ ਰਹੇ ਸੀਗੇ ਉਦੋਂ ਮੈਨੂੰ ਲੱਗਦਾ ਸੀ ਕਿਤੇ ਅੱਗ ਲੱਗੀ ਹੈ, ਫਿਰ ਮੈਨੂੰ ਭਾਈ ਨੇ ਦੱਸਿਆ ਵੀ ਨਹੀਂ ਇਹ ਇਹ ਸਲਫਰ ਦੀ ਹੈ ਸਾਈਡ। ਚਲੋ ਠੀਕ ਹੈ ਜੀ, ਅੱਜ ਦਾ ਜਿਹੜਾ ਇਹ ਸਲਫਰ ਪੁਆਇੰਟ ਦਾ ਬਲੌਗ ਸੀ ਇਹ ਇੰਨਾ ਕੀ ਆ, ਅਤੇ ਹੋਰ ਕੋਈ ਆਪਾਂ ਹਲੇ ਜਗ੍ਹਾ 'ਤੇ ਜਾਣਾ ਨਹੀਂ ਇਸ ਟਾਈਮ, ਅਤੇ ਇੱਕ ਨਾਲੇ ਗੱਲ ਇਹ ਵੀ ਆ ਵੀ ਬਲੌਗ ਥੋੜ੍ਹਾ ਲੰਬਾ ਹੋ ਜੂਗਾ, ਅਤੇ ਫਿਰ ਉਹ ਜਿਵੇਂ ਤੁਹਾਨੂੰ ਪਹਿਲਾਂ ਵਾਲੇ ਬਲੌਗ 'ਚ ਮੈਂ ਦੱਸੀ ਸੀ ਗੱਲ, ਫਿਰ ਲੰਬਾ ਬਲੌਗ ਇੱਕ ਤਾਂ ਅਪਲੋਡਿੰਗ ਨੂੰ ਵੀ ਟਾਈਮ ਲਗਾਉਂਦਾ ਅਤੇ ਬਾਕੀ ਫਿਰ ਬੋਰ ਵੀ ਹੋ ਜਾਂਦਾ ਬੰਦਾ ਇੱਕ ਵਾਰ। ਸੋ ਤੁਹਾਨੂੰ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ।
ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।